ਵਟਸਐਪ ਗਾਇਜ਼, ਕੀ ਹਾਲ ਚਾਲ ਸਾਰਿਆਂ ਦਾ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿੱਤਰੋ, ਅੱਜ ਸਾਡੇ ਬਰਡ ਦਾ ਡੇ ਹੋਇਆ, ਡੇ 10, ਦਸਵਾਂ ਦਿਨ। ਗਰਮੀ ਬਹੁਤ ਜ਼ਿਆਦਾ ਆ, ਮੈਨੇਜਮੈਂਟ ਦਾ ਧਿਆਨ ਰੱਖੋ ਪੂਰਾ। ਤਾਂ ਚਲੋ ਹੁਣ ਰਿਪਲਾਈ ਕਰਦੇ ਹਾਂ। ਮੇਰੇ ਵੀਰ ਦਾ ਮੈਨੂੰ ਮੈਸੇਜ ਆਇਆ ਸੀ ਕੱਲ੍ਹ ਕਿ ਭਾਜੀ ਮੇਰਾ ਪਹਿਲਾ ਫਲੋਕ ਆ, ਨਿੱਪਲ ਸਿਸਟਮ ਜਿਹੜੇ ਆਪਣੇ ਪਾਣੀ ਵਾਲੇ ਫਿਲਟਰ ਫੁਲਟਰ ਜੋ ਵੀ ਆ, ਆਪਾਂ ਕਦੋਂ ਸਟਾਰਟ ਕਰੀਏ? ਤੋ ਮੇਰੀ ਜਾਨ, ਮੈਂ ਤੋ ਆਪਣਾ ਨਾ ਹਿੰਦੀ ਮੇਂ ਮੈਸੇਜ ਆਇਆ, ਤਾਂ ਚਲੋ ਮੈਂ ਹਿੰਦੀ ਮੇਂ ਬੋਲਤਾ ਹੂੰ। ਤੋ ਮੈਂ ਨਾ ਨਿੱਪਲ ਸਿਸਟਮ ਆਪਣੇ ਚਾਲੂ ਕਰਤਾ ਹੂੰ ਦੂਸਰੇ ਦਿਨ, ਠੀਕ ਹੈ? ਦੂਸਰੇ ਦਿਨ ਕਰਤਾ ਹੂੰ, ਕਈ ਵਾਰ ਤੀਸਰੇ ਦਿਨ ਵੀ ਕਰਤਾ ਹੂੰ। ਬਟ ਕਈ ਫਾਰਮਰ ਹੈ ਜੋ ਪਹਿਲੇ ਦਿਨ ਨਿੱਪਲ ਚਲਾ ਦੇਤੇ ਹੈ, ਉਸਮੇਂ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ, ਆਪ ਪਹਿਲੇ ਦਿਨ ਵੀ ਕਰ ਸਕਦੇ ਹੋ। ਬਟ ਅਕੋਰਡਿੰਗ ਟੂ ਮੀ, ਮੈਂ ਆਪਣੇ ਹਿਸਾਬ ਸੇ ਬਤਾ ਰਹਾ ਹੂੰ, ਮੈਂ ਨਿੱਪਲ ਸਿਸਟਮ ਚਾਲੂ ਕਰਤਾ ਹੂੰ ਦੂਸਰੇ ਦਿਨ ਜਾਂ ਤੀਸਰੇ ਦਿਨ, ਕਈ ਵਾਰ ਚੌਥੇ ਦਿਨ ਵੀ ਕਰਤਾ ਹੂੰ। ਜੋ ਪਾਣੀ ਵਾਲੇ ਡੱਬੇ ਵੋ ਮੈਂ ਦੋ ਹਫ਼ਤੇ ਲਗਾਤਾ ਹੂੰ, ਦੋ ਹਫ਼ਤੇ ਤੋਂ ਮੈਂ ਕਮ ਸੇ ਕਮ ਲਗਾਤਾ ਹੀ ਹੂੰ। ਤੋ ਇਸ ਵਾਰ ਮੈਨੇ ਜਲਦੀ ਨਿਕਾਲ ਦੀਏ, ਕਿਉਂਕਿ ਮੇਰੇ ਫਾਰਮ ਮੈਂ ਥੋੜ੍ਹੀ ਲੇਬਰ ਕੀ ਪ੍ਰੋਬਲਮ ਥੀ, ਇਸ ਲਈ ਮੈਨੇ ਜਲਦੀ ਨਿਕਾਲ ਦੀਏ ਡੱਬੇ। ਤੋ ਨਹੀਂ ਤੋ ਮੈਂ ਡੱਬੇ ਆਪਣੇ 10 ਦਿਨ ਤੋਂ ਆਰਾਮ ਸੇ ਚਲਾਤਾ ਹੀ ਹੂੰ, ਕਿਉਂਕਿ ਚਿਕਸ ਥੋੜ੍ਹਾ ਛੋਟਾ ਹੋਤਾ ਹੈ ਨਾ, ਇਸ ਲਈ ਪਾਣੀ ਪੀਣੇ ਮੇਰੇ ਕੋ ਦਿੱਕਤ ਆਉਂਦੀ ਹੈ, ਅਤੇ ਇਸ ਲਈ ਪਾਣੀ ਵਾਲੇ ਡੱਬੇ ਵੀ ਸਾਥ ਮੈਂ ਜ਼ਰੂਰ ਰੱਖਣਾ। ਬਾਕੀ ਕੋਈ ਬਾਤ ਰਹੇਗੀ ਉਹ ਤਾਂ ਫਿਰ ਮੇਰੇ ਕੋਲ ਮੈਸੇਜ ਕਰ ਦੇਣਾ, ਮੈਂ ਰਿਪਲਾਈ ਕਰ ਦੂੰਗਾ। ਓਕੇ ਮੇਰਾ ਭਾਈ, ਥੈਂਕ ਯੂ।